ਅਸਲਾਮ ਵਾਲੇਕੁਮ ਲਹਿੰਦੇ ਪੰਜਾਬ ਦੇ ਸ਼ਹਿਜ਼ਾਦੇ ਹੋ, ਕੀ ਹਾਲ ਹੈ? ਅੱਜ ਇੱਕ ਨਵੇਂ ਵਲੌਗ ਦੇ ਨਾਲ ਹਾਜ਼ਰ ਹੋ ਗਏ ਹਾਂ। ਅੱਜ ਸਾਡਾ ਸਫ਼ਰ ਰਵਾਂ ਦਵਾਂ ਹੈ ਜੀ। ਤੁਸੀਂ ਸਾਡਾ ਡੇਲੀ ਵਲੌਗ ਵੇਖਦੇ ਹੋ, ਇੱਕ ਨਵੇਂ ਸਫ਼ਰ ਦੀ ਤਰਫ ਅਸੀਂ ਜਾ ਰਹੇ ਹੁੰਦੇ ਹਾਂ। ਅਸੀਂ ਅੱਜ ਜਾ ਰਹੇ ਹਾਂ ਰੰਗਪੁਰ ਖੇੜਿਆਂ ਵਾਲਾ। ਇਸ ਰੰਗਪੁਰ ਦਾ ਤਾਲੁਕ ਹੀ ਰਾਂਝੇ ਦੇ ਕਿੱਸੇ ਨਾਲ ਹੈ ਕਿ ਉੱਥੇ ਜਿਹੜੇ ਖੇੜੇ ਸਨ ਉਹ ਇੱਥੇ ਰੰਗਪੁਰ ਦੇ ਰਿਹਾਇਸ਼ੀ ਸੀਗੇ, ਜਿਹੜਾ ਉਹਨਾਂ ਦਾ ਕਿੱਸਾ ਹੈ। ਇਹ ਤੁਸੀਂ ਰਸਤੇ ਦੇ ਵਿੱਚ ਫਿਸ਼ ਫਾਰਮ ਵਗੈਰਾ ਵੇਖ ਰਹੇ ਹੋ। ਇਹ ਜਦੋਂ ਅਸੀਂ ਚੌਕ ਮੁੰਡੇ ਤੋਂ ਰੰਗਪੁਰ ਵਾਲੀ ਸਾਈਡ 'ਤੇ ਜਾਂਦੇ ਹਾਂ, ਰਸਤੇ ਦੇ ਵਿੱਚ ਆਉਂਦੇ ਨੇ ਮਾਸ਼ਾਅੱਲਾ ਸਹਿਰਾ ਦੇ ਵਿੱਚ ਲੋਕਾਂ ਨੇ ਬਣਾਏ ਹੋਏ ਨੇ, ਜ਼ਮੀਨ ਨੂੰ ਅੱਛੀ ਯਾਨੀ ਕਿ ਇਹਦਾ ਇਸਤੇਮਾਲ ਕੀਤਾ ਹੋਇਆ ਅਤੇ ਪਾਣੀ ਦੀ ਕਮੀ ਹੁੰਦੀ ਹੈ, ਲੇਕਿਨ ਲੋਕਾਂ ਨੇ ਇੱਥੇ ਨਿਜ਼ਾਮ ਚਲਾਇਆ ਹੋਇਆ ਆਪਣਾ। ਬਹੁਤ ਹੀ ਅੱਛਾ ਮਾਸ਼ਾਅੱਲਾ VIP ਹਿਸਾਬ ਕਿਤਾਬ ਹੈ। ਅਤੇ ਅੱਜ ਅਸੀਂ ਉੱਥੇ ਜਾ ਕੇ ਤੁਹਾਨੂੰ ਇੱਕ ਸ਼ਖਸ ਨਾਲ ਮਿਲਾਵਾਂਗੇ, ਉਹਦੇ ਕੋਲ ਪੁੱਛਾਂਗੇ ਵੀ ਕੀ ਸੂਰਤ ਹਾਲ ਹੈ, ਤੁਹਾਨੂੰ ਸ਼ਹਿਰ ਦਾ ਵਿਜ਼ਿਟ ਵੀ ਕਰਾਵਾਂਗੇ। ਇਹਦੇ ਨਾਲ ਹੀ ਥੋੜ੍ਹੀ ਜਿਹੀ ਅਪਡੇਟ ਤੁਹਾਨੂੰ ਦੇ ਦਈਏ ਕਿ ਫਲਸਤੀਨ ਦੇ ਵਿੱਚ ਜਿਹੜਾ ਜ਼ੁਲਮ ਹੋ ਰਿਹਾ, ਈਰਾਨ ਨੇ ਹਮਲਾ ਕੀਤਾ, ਹਰ ਲੋਕ ਕਹਿ ਰਹੇ ਨੇ ਈਰਾਨ ਨੇ ਹਮਲਾ ਕਰਤਾ, ਇਹ ਕਰਤਾ, ਉਹ ਕਰਤਾ, ਅੱਛਾ ਕੀਤਾ, ਗੁੱਡ ਕੀਤਾ, ਸਮਝ ਆ ਗਈ ਹਮਲਾ ਕੀਤਾ, ਲੇਕਿਨ ਉਹਨੇ ਆਪਣੇ ਵਾਸਤੇ ਕੀਤਾ। ਉਹਦੇ ਤੁਸੀਂ ਬਿਆਨਾਤ ਅਗਰ ਵੇਖੋ ਤਾਂ ਉਹ ਇਹ ਕਹਿ ਰਿਹਾ ਕਿ ਮੈਂ ਆਪਣੇ ਬਚਾਓ ਕੇ ਲਈ ਇਹ ਕੰਮ ਕੀਆ ਹੈ। ਅਤੇ ਫਲਸਤੀਨੀਆਂ ਵਾਸਤੇ ਭਾਈ ਕੋਈ ਵੀ ਨਹੀਂ ਜਾ ਰਿਹਾ, ਪਾਕਿਸਤਾਨੀ ਵੀ ਸਾਡੇ ਸਾਰੇ ਮੰਮ ਦੇ ਮੰਮ ਬਣ ਕੇ ਬੈਠੇ ਨੇ। ਚਲੋ ਈਰਾਨ ਨੇ ਕੁਛ ਨਾ ਕੁਛ ਤਾਂ ਕੀਤਾ ਹੀ ਹੈ ਆਪਣੇ ਵਾਸਤੇ ਬੇਸ਼ੱਕ, ਲੇਕਿਨ ਇੱਕ ਵਾਰੀ ਉਹ 'ਤੇ ਅਟੈਕ ਤਾਂ ਕੀਤਾ ਨਾ, ਭਾਵੇਂ ਉਹਨਾਂ ਦੀ ਇੱਕ ਸੂਈ ਵੀ ਨਹੀਂ ਖਰਾਬ ਹੋਈ, ਸੂਈ ਵੀ ਤਬਾਹ ਨਹੀਂ ਹੋਈ, ਲੇਕਿਨ ਅਟੈਕ ਤਾਂ ਕੀਤਾ। ਜਿੰਨਾ ਉਹ ਕਰ ਸਕਦਾ ਸੀ ਉਹਨੇ ਕੀਤਾ, ਜਿੰਨੀ ਉਹਦੀ ਤਾਕਤ ਸੀ। ਅਤੇ ਸਾਨੂੰ ਤੁਸੀਂ ਵੇਖ ਲਓ ਅਸੀਂ ਕੀ ਕੀਤਾ। ਮੇਰੀ ਸਾਰੇ ਭਰਾਵਾਂ ਕੋਲੋਂ ਅਪੀਲ ਹੈ ਕਿ ਫਲਸਤੀਨ ਵਾਸਤੇ ਜੋ ਨਾ ਜੋ ਹੋ ਸਕਦਾ ਕਰੋ, ਕੁਛ ਨਾ ਕੁਛ ਕਰੋ, ਆਵਾਜ਼ ਉਠਾਓ, ਪੈਸੇ ਭੇਜੋ, ਜੋ ਨਾ ਕੁਛ ਹੋ ਸਕਦਾ ਕਰੋ। ਅਤੇ ਇਹ ਅਸੀਂ ਪਹੁੰਚ ਗਏ। ਕਿਉਂ ਹਾਲ ਵੀ ਬਸ ਆ ਕੁਝ ਕੁਝ ਪਤਾ ਹੈ ਜੀ ਬਾਈ ਦੱਸਿਆ ਜਾਣੇ ਬਾਈ ਰੰਗਪੁਰ ਜਿਹੜਾ ਹੈ ਪੰਜਾਬ ਉਹ ਖੇੜਿਆਂ ਦਾ, ਇਹ ਕਦੇ ਲਿਖਿਆ ਹੋ ਰਿਹਾ ਚੱਲਿਆ। ਅੱਛਾ ਉਹ ਖੇੜੇ ਖੇੜੇ ਕਿੱਦਾਂ ਬੇਟਾ? ਸਾਰੇ ਖੇੜੇ ਨੇ ਬੇਟਾ। ਅੱਛਾ ਰੱਖਿਆ ਨਾ ਦਿਨ। ਅੱਛਾ ਮਕਾਨ ਦੇ ਰਿਹਾਇਸ਼ ਵੀ ਨਾ ਹੋਈਆਂ, ਖੇੜੇ ਦੇ ਅੰਦਰ ਜ਼ਿਆਦਾ ਜ਼ਿੰਮੇਦਾਰ ਉਹ ਹੀ ਹੈ। ਅੱਛਾ ਚੱਲ ਠੀਕ ਹੈ। ਉਮਰ ਦੇ ਰਾਜ ਇਹਨਾਂ ਕੋਲ ਦੁਆ ਲੈਣ ਦੇ ਬਾਅਦ ਅਸੀਂ ਉਹਨਾਂ ਅੱਗੇ ਚੱਲ ਪਏ ਹਾਂ ਜੀ, ਕਿ ਤੁਹਾਨੂੰ ਇੱਥੇ ਸ਼ਹਿਰ ਦਾ ਵਿਜ਼ਿਟ ਕਰਾ ਰਹੇ ਹਾਂ। ਕੋਈ ਖਾਸ ਵੱਡਾ ਸ਼ਹਿਰ ਨਹੀਂ ਹੈ, ਨਾਰਮਲ ਜਿਹਾ ਸਿਟੀ ਹੈ, ਬੈਕਵਰਡ ਜਿਹਾ, ਲੇਕਿਨ ਰੋਡ ਇਹ ਕਿ ਹੁਣ ਨਵੇਂ ਬਣੇ ਨੇ। ਇਹ ਲੈਫਟ ਸਾਈਡ 'ਤੇ ਸਾਰੀਆਂ ਰੇਹੜੀ ਵਾਲੀਆਂ ਯਾਨੀ ਕਿ ਢਾਬੇ ਲੱਗੇ ਹੋਏ ਨੇ ਸਾਰੇ, ਨਾਲ ਹੀ ਇੱਕ ਹਾਈ ਸਕੂਲ ਰੰਗਪੁਰ ਦਾ ਹਾਈ ਸਕੂਲ। ਬਸ ਇੱਕ ਸੜਕ ਇੱਥੇ ਰਾਈਟ ਸਾਈਡ 'ਤੇ ਜਾਂਦੀ, ਇੱਕ ਲੈਫਟ ਸਾਈਡ 'ਤੇ। ਅਸੀਂ ਤੁਹਾਨੂੰ ਪਹਿਲਾਂ ਲੈਫਟ ਸਾਈਡ ਵਿਜ਼ਿਟ ਕਰਾ ਰਹੇ ਹਾਂ, ਉਸ ਤੋਂ ਬਾਅਦ ਰਾਈਟ ਸਾਈਡ 'ਤੇ ਸਾਰਾ ਹੀ ਰੇਗਿਸਤਾਨ ਹੈ, ਜਿਹੜਾ ਕਿ ਮੁਜ਼ੱਫਰਗੜ੍ਹ ਦੇ ਏਰੀਏ ਦੇ ਵਿੱਚ ਆਉਂਦਾ, ਜਿਹਨੂੰ ਕਿ ਥਲ ਕਹਿੰਦੇ ਨੇ। ਉੱਥੇ ਇਹ ਸਾਰਾ ਮੁਜ਼ੱਫਰਗੜ੍ਹ ਵਾਲਾ ਏਰੀਆ, ਇੱਥੇ ਲੋਕਾਂ ਦੇ ਅੱਛੇ ਅੱਛੇ ਫਾਰਮ ਹਾਊਸ ਵੀ ਬਣੇ ਨੇ, ਜਿਨ੍ਹਾਂ ਨੇ ਉਹ ਨਾਲੀ ਵਾਲਾ ਟਿਊਬ ਵਾਲਾ ਸਿਸਟਮ ਲਾ ਕੇ ਅਤੇ ਬਹੁਤ ਅੱਛੇ ਅੱਛੇ ਬਾਗਾਤ ਵੀ ਇੱਥੇ ਲੋਕਾਂ ਲਾਏ ਹੋਏ ਹਨ।
ਬੜਾ ਪਿਆਰਾ ਵਿਊ ਹੈ ਮਾਸ਼ਾਅੱਲਾ।